ਸ਼ਰਮਾ ਜਿਹੜਾ ਅਸਲ ਧਰਮਕੋਟ ਬੱਗੇ ਵਿੱਚ ਖੜਾ ਵਾਂ ਪਿੰਡ ਬਟਾਣ ਲੱਗੇ ਹੈਗਾ ਵਾ ਪਿੰਡ ਤੇ ਜਿਹੜਾ ਗਦਾਸਪੁਰ ਪੈਂਦਾ ਵਾ ਤੇ ਇੱਥੇ ਕੋਈ ਕੋਈ ਪਰਿਵਾਰ ਵੇਖਿਆ ਵਾ ਜਿਹੜਾ ਬਹੁਤ ਹੀ ਗਰੀਬ ਹੈ ਲੋਕੀ ਮਤਲਬ ਕਹਿੰਦਾ ਫੇਸਬੁੱਕਾਂ ਦੇ ਮਤਲਬ ਵੀਡੀਓ ਪਾਉਂਦੇ ਆ ਕਦੀ ਉਹ ਕਰ ਲਿਆ ਉਹ ਕਰ ਲਿਆ ਪਰ ਅੱਜ ਇੱਕ ਪਰਿਵਾਰ ਵੇਖਿਆ ਜਿਹਦਾ ਵਿੱਚ ਬਿਲਕੁਲ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਵੀ ਸ਼ਰਮਾ ਜਿਹੜਾ ਅਸਲ ਧਰਮਕੋਟ ਬੱਗੇ ਵਿੱਚ ਖੜਾ ਵਾਂ ਪਿੰਡ ਬਟਾਏ ਲੱਗੇਗਾ ਵਾ ਪਿੰਡ ਤੇ ਜ਼ਿਲ੍ਹਾ ਗਦਾਸਪੁਰ ਵਿੱਚ ਪੈਂਦਾ ਵਾ ਤੇ ਇੱਥੇ ਕੋਈ ਇੱਕ ਪਰਿਵਾਰ ਵੇਖਿਆ ਵਾ ਜਿਹੜਾ ਬਹੁਤ ਹੀ ਗਰੀਬ ਹੈ ਲੋਕੀ ਮਤਲਬ ਕਹਿੰਦੇ ਨੇ ਫੇਸਬੁੱਕਾਂ ਦੇ ਮਤਲਬ ਵੀਡੀਓ ਪਾਉਂਦੇ ਆ ਕਦੀ ਉਹ ਕਰ ਲਿਆ ਉਹ ਕਰ ਲਿਆ ਪਰ ਅੱਜ ਇੱਕ ਪਰਿਵਾਰ ਵੇਖਿਆ ਜਿਹਦਾ ਵਿੱਚ ਬਿਲਕੁਲ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਤੇ ਉਹਨਾਂ ਨਾਲ ਮਤਲਬ ਦਾ ਬੱਚੇ ਵੀ ਉਹ ਵੀ ਵਿਚਾਲੇ ਮੈਂਟਰ ਹੋਏ ਤਰੇ ਫਿਰਦੇ ਆ ਤੇ ਉਹ ਉਹਨਾਂ ਦਾ ਡੈਡੀ ਜਿਹੜਾ ਉਹ ਮਤਲਬ ਕਹਿੰਦਾ ਅੰਦਾ ਅੱਖਾਂ ਤੋਂ ਤੇ ਉਹ ਮਾਂ ਉਹਨਾਂ ਦੀ ਬਜ਼ੁਰਗ ਹੈਗੀ ਆ ਤੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਉਹ ਆਪਾਂ ਤੁਹਾਡਾ ਉਹਨਾਂ ਨਾਲ ਗੱਲ ਵੇਖਦੇ ਕੀ ਕਹਿੰਦੇ ਆ ਤੇ ਉਹਨਾਂ ਨਾਲ ਗੱਲ ਤੁਹਾਨੂੰ ਸਾਹਮਣੇ ਸ਼ੋਅ ਕਰਾਣੇ ਆ ਹਾਂਜੀ ਪਪਾ ਜੀ ਕੀ ਨਾਮ ਹੈ ਤੁਹਾਡਾ ਢਿਲਕਰਾਲ ਅੱਛਾ ਕਿਹੜਾ ਪਿੰਡ ਹੈ ਇਹ ਉੱਤਰਮ ਕੋਟ ਬੱਗਾ ਅੱਛਾ ਜੀ ਕੀ ਕਰਦੇ ਤੁਸੀਂ ਅੱਛਾ ਜੀ ਪਹਿਲਾਂ ਜ਼ਿਮੀਂਦਾਰਾ ਕਰਦੇ ਸੀ ਹੁਣ ਬਸ ਹੋ ਗਿਆ ਅੱਛਾ ਜੀ ਕੋਈ ਸਾਧਨ ਨਹੀਂ ਅੱਛਾ ਇੱਕ ਅਸੀਂ ਕੋਠਾ ਮਠਲਾ ਵੀ ਕੋਈ ਨਹੀਂ ਤੇ ਤੁਹਾਡੇ ਬੱਚੇ ਕਿੰਨੇ ਬੱਚੇ ਤਿੰਨ ਗੁੱਡੀਆਂ ਵਿਆਹੜੀਆਂ ਨੇ ਅੱਛਾ ਜੀ ਉਹ ਆਪੋ ਆਪਣੇ ਘਰ ਚੰਗੀਆਂ ਜਿਹਾ ਮਾਰੀਆਂ ਹੈਂ ਅੱਛਾ ਜੀ ਇਹ ਬੱਚੇ ਜਿਹੜੇ ਨੇ ਇਹਨਾਂ ਨੂੰ ਇਹ ਆਸਰਾ ਕੋਈ ਨਹੀਂ ਮੈਂਡਲ ਹੋ ਗਏ ਤੇ ਕਿੰਨੇ ਕਿੰਨੇ ਸਾਲਾਂ ਦੇ ਬੱਚੇ ਤੁਹਾਡੇ ਇਹ ਇੱਕ ਕੁਝ ਮਹੀਨੇ ਮੇਰੀ ਜੇ ਸੋਚੀ ਵੀ ਨਹੀਂ ਨਾ ਕੰਮ ਕਰਦੀ ਪਰ ਚਲੋ ਕੋਈ ਉਹ ਹੋ ਗਏ ਆ ਕੋਈ ਚਾਲੀਆਂ ਅੰਦਾ ਤੇ ਕੋਈ 3ਆਂ ਪਿੰਟੀਆਂ ਲਾ ਲਾ ਅੱਛਾ ਜੀ ਜਿਹੜਾ ਤੋ ਉਹ ਕੀ ਉਹਨਾਂ ਨੂੰ ਹੈਗੀ ਕੀ ਗੱਲ ਕੀ ਉਹਨਾਂ ਨੂੰ ਜਮਾਕ ਨਹੀਂ ਕੰਮ ਕਾਢੇ ਅੱਛਾ ਜੀ ਇੱਥੇ ਵੱਡਾ ਜਾਂਦਾ ਅੱਛਾ ਉਹ ਆਣ ਕੇ ਮਾਰਦਾ ਸਾਨੂੰ ਕੋਈ ਸਾੜਨ ਨਹੀਂ ਹੈ ਜੋ ਮੂੰਹ ਆਇਆ ਇਹਨਾਂ ਦਾ ਅਸਰ ਹੈ ਸਾਨੂੰ ਕਿੰਨਾ ਦਾ ਅਸਰ ਹੈ ਤੁਹਾਨੂੰ ਆਹ ਕਾਕੇ ਯਾਰ ਪੁੱਛ ਜੇ ਇੰਦੀ ਦਾ ਹਾਂਜੀ ਸਵਰਨ ਦਾ ਇਹ ਉਹਨੇ ਗਿਆ ਇਹ ਆਰੀ ਵਾਲੇ ਨੇ ਅੱਛਾ ਜੀ ਇਹ ਅੰਬਰਸਾ ਦੇ ਪ੍ਰਧਾਨ ਨੇ ਅੰਬਰਸਾ ਦੇ ਪ੍ਰਧਾਨ ਕਿਉਂ ਪੁੱਤਿਆ ਠੀਕ ਹੈ ਹਾਂਜੀ ਬਾਬਾ ਕੀ ਮੈਂ ਤੇ ਕੀ ਨਾਮ ਹੈ ਤੁਹਾਡਾ ਪੂਰਾ ਤੁਹਾਡਾ ਨਾਮ ਕੀ ਆ ਮੇਰਾ ਪੂਰਾ ਨਾਮ ਤਿਲਕਰਾਜ ਅੱਛਾ ਜੀ ਤੇ ਸਨੋਫ ਕੀ ਆ ਸੋਨ ਲਾਲ ਅੱਛਾ ਸੋਨ ਲਾਲ ਤੇ ਤੁਹਾਡੇ ਇਹ ਬੱਚੇ ਮਤਲਬ ਕਹਿੰਦਾ ਕਿ ਹੁਣ পাগল ਹੋਏ ਹੈ ਕਿ ਮਤਲਬ ਕੋਈ ਕੋਈ ਗੱਲਬਾਤ ਹੋਈ ਪਹਿਲਾਂ ਤੂੰ ਹੋਇਆ ਪੜ ਗਏ ਨੇ ਇੱਕ ਪੜੇ ਕੇ ਨਾਮ ਜਿਹੜਾ ਛੋਟਾ ਹੈ ਇਹ 12 ਜਮਾਟਾਂ ਪੜ ਗਿਆ ਇਹ ਨਹੀਂ ਫੇਲ ਹੋਇਆ ਅੱਛਾ ਜੀ ਇਹ 12 ਪੜ ਗਏ ਤੇ ਇਹ ਤੇ ਕੋਈ ਕੰਮ ਲੱਭਾ ਤੇ ਕਰਨ ਦਾ ਪਿਆ ਅੱਛਾ ਨਹੀਂ ਤੇ ਨਹੀਂ ਇਹਨੂੰ ਹੋਣ ਬਿਲਕੁਲ ਹੀ ਕਟਮ ਹੋ ਗਿਆ ਜਦੋਂ ਦਾ ਤੂੰ ਹਾਂ ਹੋ ਜੀ ਹਾਂ ਜੀ ਕੀ ਪਰੇਸ਼ਾਨੀ ਤੁਹਾਨੂੰ ਆਂਡੀਆਂ ਅਸੀਂ ਗਵਨ ਆਏ ਆਏ ਹਾਂ ਆਏ ਆਏ ਕਿ ਸਾਡੇ ਕੋਲ ਸਰਕਾਰ ਸੁਣਦੀ ਨਹੀਂ ਨਾ ਕੋ ਸਰਪੰਚ ਸੁਣਦਾ ਨਹੀਂ ਤੇ ਸਾਡੇ ਕੋਠੇ ਆ ਠੱਠੇ ਆਏ ਨਾ ਕੋ ਸਾਡੇ ਕੋਈ ਮੱਝ ਦਾ ਪਸੇ ਤੇ ਮੰਗਵਾ ਕਰਨ ਕੁ ਵੀ ਜਰਾ ਜਿਹੜਾ ਜਿ ਸਰਕਾਰ ਆਉਂਦਾ ਰਹਾ ਆਏ ਇੰਨੇ ਜਾਣਾ ਤੇ ਅਸੀਂ ਇੰਨੇ ਕਾਰਕ ਲੈਨੇ ਆ ਤੇ ਚ ਪੰਜ ਜੀ ਆ ਤੇ ਬਾਅਦ ਸਾਡੇ ਦੋ ਤੋੜੇ ਸਾਰੇ ਮਿਲਦੇ ਸਾਂ ਮੈਂ ਦੋ ਥੋੜੇ ਮਲੇ ਪੰਜਾਂ ਜੀਆਂ ਦੇ ਹਾਂਜੀ ਦੋ ਥੋੜੇ ਕਾਰਡ ਦੇ ਉੱਤੇ ਪੰਜਾਂ ਦੇ ਨਾਮ ਹਾਂਜੀ ਪੰਜਾਂ ਦੇ ਹਾਰ ਕਾਰਡ ਦਿੱਤੇ ਬਾਕੀ ਦੇ ਨਾਮ ਚਾੜੇ ਨੇ ਇਹਨਾਂ ਨੇ ਤੇ ਹੈ ਕਿ ਦੇ ਵਸ ਜਾਏ ਮਤਲਬ ਇਹ ਸਰਪੰਚਾ ਦਾ ਹੀ ਅਜੇ ਸਰਪੰਚ ਦੇ ਬਾਅਦ ਸਾਰਾ ਹੋ ਜਾਏ ਹਾਂਜੀ ਤੇ ਪਿੰਡ ਦਾ ਮਖੋਇਆ ਤੋਂ ਰੋਦੋ ਹੁੰਦਾ ਹਾਂਜੀ ਹਾਂਜੀ ਉਹਨਾਂ ਦੀ ਹੁਣ ਬੇਟੀ ਇੱਕ ਆਈ ਉਹਨਾਂ ਨਾਲ ਗੱਲ ਕਰਦੇ ਜਿਹੜੀ ਬੇਟੀ ਨੇ ਮੈਰਿਜ ਕੀਤੀ ਆ ਹਾਂਜੀ ਭਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਪ੍ਰਵੀਨ ਅਛਾ ਠੀਕ ਥੋਂ ਦੇ ਮਤਲਬ ਹੈ ਅੱਛੇ ਧਰਮਕੋਟ ਬੱਗੇ ਤੇ ਸੋਹਰੇ ਜੇ ਮੇਰੇ ਅਛਾ ਜੀ ਹਾਂਜੀ ਹਾਂਜੀ ਤੇ ਕੀ ਮੈਂ ਪਰੋਲੋਂ ਕੀ ਆ ਤੁਹਾਡੇ ਆ ਘਰਾਂ ਦੇ ਵਿੱਚ ਇੱਕ ਪ੍ਰੋਬਲਮ ਮਾਈ ਬਾਪ ਮੇਰੇ ਮਾੜੇ ਨੇ ਤੇ ਵੀਰ ਮੇਰੇ ਇਦਾਂ ਹੀ ਤੁਰੇ ਫਿਰਦੇ ਨੇ ਪੜੇ ਲਿਖੇ ਦੇ ਪਤਾ ਨਹੀਂ ਅਗਰੀਬੀ ਬੜੀ ਮਾੜੇ ਨੇ ਕੋਈ ਆਸਰਾ ਨਹੀਂ ਜੇ ਮnde ਸ਼ੁਰੂ ਤੇ ਆਸਰਾ ਗੱਲਬਾਤ ਹੈ ਕਿ ਜਾਂ ਬਾਅਦ ਚ ਕੋਈ ਗੱਲਬਾਤ ਹੋਈ ਹੈ ਨਹੀਂ ਸ਼ੁਰੂ ਤੇ ਤਾਂ ਠੀਕ ਠਾਕ ਹੀ ਬਾਅਦ ਵਿੱਚ ਵਾਵਾ ਚ ਰੋ ਗਿਆ ਇਦਾਂ ਹੀ ਚੱਲਦਾ ਆ ਕਿਉਂ ਕੀ ਹੋਇਆ ਕਿ ਇੱਕਦਮ ਕਦਮ ਕਿ ਨਾਇਨਾ ਦਾ ਪਹਿਲੀ ਬੰਨਾ ਸੀ ਨਾ ਅੱਛਾ ਜੀ ਤੇ ਉਹ ਵਪਾਰ ਕਰਦੇ ਸੀ ਤੇ ਉਹ ਤੀਲਾ ਵੱਜ ਗਿਆ ਰਕੜੋਂ ਤੇ ਇਦਾਂ ਹੀ ਬੰਦ ਹੋ ਗਈ ਨਜਰੇ ਕੋ ਉਦਾਂ ਹੀ ਜੋਗੀ ਦੀ ਆ ਅੱਛਾ ਜੀ ਇਦਾਂ ਹੀ ਰਹਿੰਦੇ ਰਹਿੰਦੇ ਰਹਿ ਗਏ ਨੇ ਤੇ ਜਿੱਤੇ ਪੜੇਦੇ ਨੇ ਇਦਾਂ ਹੀ ਤੁਰੇ ਫਿਰਦੇ ਜੀ ਤੇ ਪਿੰਡ ਦੇ ਸਰਪੰਚੇ ਮੈਨੂੰ ਤੁਸੀਂ ਬਾਤ ਗੱਲਬਾਤ ਕੀਤੀ ਆਪਣੇ ਦੱਸਿਆ ਹਾਂਜੀ ਹਾਂਜੀ ਉਹ ਵੀਰ ਵੀ ਇਦਾਂ ਹੀ ਤੁਰੇ ਫਿਰਦੇ ਭੱਜਣ ਅੱਠ ਤੋੜ ਤੜਾਈ ਕਰ ਛੜੀ ਉਹ ਕਿਤੇ ਉਹਨਾਂ ਨੇ ਆ ਕੇ ਵੱਟੀ ਨਹੀਂ ਵਾਈ ਪੁੱਛਿਆ ਹੀ ਨਹੀਂ ਕਿਰੇ ਗੱਲਬਾਤ ਮੈਂ ਬਥੇਰੀ ਆਰੀਆ ਕਿ ਮਾਈ ਬਾ ਮਾਰੇ ਨੇ ਧਿਆਨ ਮਾਰਿਆ ਕਰੋ ਅੱਛਾ ਆ ਕੇ ਆ ਵੇਖੋ ਉਹਨਾਂ ਦੀ ਹਾਲਤ ਨਾ ਕਿਆ ਕਰਦੇ ਨੇ ਬਸ ਹੁੰਦਾ ਕੋਈ ਨਹੀਂ ਜੀ ਮੈਂ ਇੱਕ ਵਾਰੀ ਵੀ ਨਹੀਂ ਆਏ ਨਾ ਨਾ ਉਹਦਾ ਮੰਮੀ ਉਹਨਾਂ ਦੀ ਇਧਰ ਕਿਤੇ ਆਏ ਕੰਮ ਹੋ ਕੇ ਚਲ ਗਏ अच्छा हां जी वे तुम्ही ਕਿੱਥੋਂ ਤੁਸੀਂ ਐਵੇਂ ਜੇ ਤਰ ਮਗਟਾ ਲੱਗੇ ਰਹਿੰਦੇ ਇੱਥੇ ਹਾਂ ਗਵਾਂਡ ਹੀ ਇਹਨਾਂ ਦੇ ਕੀ ਇਹਨਾਂ ਦੇ ਹੈਗਾ ਮਤਲਬ ਕਿੰਨਾ ਕਿ ਬਹੁਤ ਮਾੜੀ ਹਾਲਤ ਜੇ ਉਹ ਮੁੰਡੇ ਆ ਨਾ ਜਿਹੜੇ ਉਹ ਮਾਤਾ ਨੂੰ ਬਹੁਤ ਸਤਮਦੇ ਆ ਮਾਰਦੇ ਵੀ ਆ ਕੁੱਟਦੇ ਵੀ ਆ ਤੇ ਫਿਰ ਆਪਾਂ ਗਵਾਂਡ ਆਣ ਕੇ ਇਹਨਾਂ ਨੂੰ ਛੱਡੂਣੇ ਛਡਾਣੇ ਆ ਤੇ ਮਤਲਬ ਕੋ ਇਹਨਾਂ ਨੂੰ ਕਮਰਾ ਵੀ ਦਿੱਤਾ ਸੀ ਇਹਨਾਂ ਨੇ ਮਤਲਬ ਗਲੀ ਗਵਾਂਣੇ ਪਾ ਕੇ ਤੇ ਉਹ ਵੀ ਮੁੰਡੇ ਨੇ ਟਾਤਾ ਇਹ ਮਾਤਾ ਨੂੰ ਕੁੱਟਿਆ ਮਾਰਿਆ ਫਿਰ ਮਤਲਬ ਆਣ ਕੇ ਇਹਨਾਂ ਨੂੰ ਛਡਾਈ ਛਡੂਈਦਾ ਵਾ ਤੇ ਉਹ ਘਰ ਦੇ ਜੋ ਬਿਸਤਰਾ ਜੋ ਮਤਲਬ ਪਾਂਡਾ ਠੀਕ ਆ ਜੋ ਵੀ ਸਭ ਲੈ ਜਾਂਦੇ ਵਿੱਚ ਆਉਂਦੇ ਨੇ ਕਿਉਂ ਕਿਉਂ ਬਹੁਤ ਜ਼ਿਆਦਾ ਵੀ ਮਤਲਬ ਨਸ਼ਾ ਖਾਂਦੇ ਜੀ ਉਹ ਹਾਂ ਨਸ਼ਾ ਬਹੁਤ ਕਰਦੇ ਨੇ ਪਹਿਲਾਂ ਤਾਂ ਲੱਗਾ ਨਸ਼ਾ ਨਾਲੋਂ ਕਿ ਬਾਅਦ ਪਤਾ ਨਹੀਂ ਜੋ ਐਸੇ ਤੇ ਇਹੋ ਹਾਲ ਆ ਇਹਨਾਂ ਦਾ ਵਾਹ ਦੇ ਵਿੱਚ ਇਹ ਕਹਿੰਦੇ ਬਾਅਦ ਚਾਹ ਹੋਇਆ ਉਹਦੇ ਪਰ ਜਦੋਂ ਦੇ ਆਏ ਆਪਾਂ ਦੇ ਉਹ ਕੁਛ ਵੀ ਲੈਣੇ ਨੇ ਉਹਦੇ ਘਰੇ ਤੇ ਇਹ ਵਿਚਾਲ ਫਿਰ ਹਰਾਲ ਮਿਲ ਕੇ ਫਿਰੇ ਨਵਚਾਰਿਆਂ ਨੂੰ ਥੋੜਾ ਬਹੁਤਾ ਨਾਜ ਸਾਡੇ ਇੱਥੇ ਬਾਜੀ ਸਾਡੇ ਵੱਡੇ ਉਹ ਮਤਲਬ ਗੁਰਦਵਰੀ ਸੇਵਾ ਬੋਧ ਕਰਦੇ ਸਾਰਿਆਂ ਨਾਲ ਕੇ ਫਿਰ ਉਹ ਇਹਨਾਂ ਨੂੰ ਆ ਕੇ ਥੋੜਾ ਬਹੁਤਾ ਮਤਲਬ ਫਿਰ ਦਿਂਦੇ ਜਾਂ ਚੱਲੇ ਖਾਣ ਮਿਹਨਤ ਮਤਲਬ ਕਿਤਨਾ ਫਿਰ ਮਸਾਦਾ ਗਲੀ ਵਿੱਚ ਪਾਣੀ ਦਾ ਕਿਤਨਾ ਸਾਦਾ ਮਤਲਬ ਇੱਥੇ ਗਲੀ ਮਡਾ ਬਹੁਤ ਮਤਲਬ ਚੰਗਾ ਬਣਨਾ ਇਹੋ ਹੀ ਸਾਹਦੇ ਅਸੀਂ ਜਦੋਂ ਨੇ ਆ ਨਾ ਮਤਲਬ ਤੇ ਇਹਨਾਂ ਨੂੰ ਹੋਰ ਰਹਿੰਦੇ ਕਿੱਥੇ ਸੌਂਦੇ ਸਾਡੇ ਸੌਰੇ ਮੇਰੇ ਉਧਰ ਮੇਨ ਮਜਾਰ ਦੇ ਵਿੱਚ ਕਾਂਦੀ ਹਾਂਜੀ ਹੋਰ ਇਹਨਾਂ ਦੇ ਅੱਬ ਚੱਲਿਆ ਦੀ ਕੋਈ ਵੀ ਹੈ ਨਹੀਂ ਸਾਰਾ ਸੂਰਾ ਕੋਈ ਵੀ ਇਹੋ ਇਦਾਂ ਦੇ ਇਹ ਲੜਕੀ ਆਉਂਦੀ ਤੇ ਇਹਨੂੰ ਵੀ ਉਹ ਭਰਾ ਜਿਹੜੇ ਆ ਤੋ ਕਹਿੰਦੇ ਇਹਨੂੰ ਇਹ ਤਿੰਨ ਤਿੰਨ ਬੇਟੀਆਂ ਹਨ ਕਹਿੰਦੇ ਦੂਸਰੇ ਦੋ ਬੇਟੀਆਂ ਉਹ ਕਿੱਥੇ ਉਹ ਇੱਕ ਵੱਡੇ ਇੱਥੇ ਦਿਹਾਲ ਘੜ ਜੇ ਬਟਾਲੇ ਲੱਗੇ ਇੱਕ ਛੋਟੀ ਕਾਲਕਾ ਵਿਆਹੀ ਜੀ ਅੱਛਾ ਜੀ ਹਾਂਜੀ ਉਹ ਵੀ ਨਹੀਂ ਗਦੀ ਉਹਨਾਂ ਫੇਰਾ ਫੂਰਾ ਮਾਰਿਆ ਕਹਿੰਦੇ ਮਾਦੇ ਉਹਦੇ ਵੀ ਸੋਹਰੇ ਇਦਾਂ ਦੇ ਜੇ ਪਰੇਸ਼ਾਨੀ ਬੜੀ ਆਦੀ ਵੀ ਚਲ ਜੀ ਮੇਰੇ ਵੀ ਇਦਾਂ ਦੇ ਕੰਮ ਕਰਨੇ ਕੋਈ ਕਰਦਾ ਤੇ ਦਿਹਾੜੀ ਧੱਪਾ ਕਰਕੇ ਵੀਰ ਜੀ ਗਜਾਰਾ ਕਰਨ ਲਈ ਕਰਦਾ ਠੀਕ ਹਾਂਜੀ ਹਾਂਜੀ ਹੁਣ ਤੁਸੀਂ ਦੇਖਿਆ ਮਤਲਬ ਕਹਿੰਦਾ ਕਿ ਬਹੁਤ ਹਨ ਹਾਲਾਤ ਇਹੋ ਜਿਹੋਏ ਆ ਪਰ सरपंच ਨੂੰ ਚਾਹੀਦਾ ਵਾ ਕਿ ਕੁਝ ਨਾ ਕੁਝ ਨੂੰ ਹੱਲ ਕਰਨ ਕੇ ਦੇਣਾ ਚਾਹੀਦਾ ਵਾ ਜੇ ਮਤਲਬ ਇਹਨਾਂ ਵੋਟਾਂ ਲਿਆਉਣ ਵਾਸਤੇ ਆ ਜਾਂਦੇ ਆ ਤੇ ਫਿਰ ਇਹ ਕਿਉਂ ਨਹੀਂ ਕੰਮ ਹੱਲ ਕਰਦੇ